ਚੋਣਾਂ ਦੌਰਾਨ ਸਿਆਸੀ ਪਾਰਟੀਆਂ ਵੱਲੋਂ ਸਰਹੱਦੀ ਖੇਤਰਾਂ ਨੂੰ ਵਿਸ਼ੇਸ਼ ਪੈਕੇਜ ਦੇਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ, ਪਰ ਚੋਣਾਂ ਜਿੱਤਣ ਤੋਂ ਬਾਅਦ ਸਿਆਸੀ ਪਾਰਟੀਆਂ ਵੱਲੋਂ ਕੀਤੇ ਗਏ ਇਹ ਵਾਅਦੇ ਪੂਰੇ ਹੁੰਦੇ ਨਜ਼ਰ ਨਹੀਂ ਆ ਰਹੇ। ਅਜਿਹਾ ਇਲਾਕਾ ਹੈ ਪਠਾਨਕੋਟ ਦੇ ਭਾਰਤ ਪਾਕਿਸਤਾਨ ਸਰਹੱਦ ਨੇੜੇ ਨਰੋਟ ਜੈਮਾਲਾ ਦਾ ਇਲਾਕਾ। ਇਸ ਇਲਾਕੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਰਹਿੰਦੇ ਨੇ, ਪਰ ਇਸ ਸਭ ਦੇ ਬਾਵਜੂਦ ਅੱਜ ਵੀ ਇਹ ਲੋਕ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਨੇ। ਸਰਹੱਦੀ ਖੇਤਰ ਦੇ ਇਨ੍ਹਾਂ ਲੋਕਾਂ ਨੇ ਦੱਸਿਆ ਕਿ ਕਰੀਬ 20 ਸਾਲ ਪਹਿਲਾਂ ਇਸ ਇਲਾਕੇ ਦੇ ਵਿੱਚ ਬੱਸ ਸਟੈਂਡ ਬਣਾਇਆ ਗਿਆ ਸੀ। ਉਸ ਤੋਂ ਬਾਅਦ ਕਦੇ ਵੀ ਕਿਸੇ ਨੇ ਇਸ ਬੱਸ ਅੱਡੇ ਦੀ ਸੰਭਾਲ ਨਹੀਂ ਕੀਤੀ ਤੇ ਅੱਜ ਇਹ ਬੱਸ ਅੱਡਾ ਖੰਡਰ ਦਾ ਰੂਪ ਧਾਰਨ ਕਰ ਚੁੱਕਿਆ। ਇਸ ਸ਼ਹਿਰ ਦੇ ਵਿੱਚ ਥਾਣਾ ਹੈ, ਕਾਲਜ ਹੈ, ਤਹਿਸੀਲ ਹੈ, ਹੈਲਥ ਸੈਂਟਰ ਵੱਡਾ ਹੈ, ਪਰ ਜਿਹੜਾ ਕਿ ਸਰਕਾਰ ਦੀਆਂ ਸਹੂਲਤਾਂ ਤੋਂ ਵਾਂਝਾ ਹੈ, ਕਿਉਂਕਿ ਬੱਸ ਸਟੈਂਡ ਬਣਨ 20-25 ਸਾਲ ਹੋ ਗਿਆ। ਇਹ ਬਣਿਆ 10 ਐਮ ਐਲ ਏ ਦੇ ਵੇਲੇ ਦਾ, ਉਸ ਤੋਂ ਬਾਅਦ ਕੋਈ ਨੇ ਇੱਟ ਨਹੀਂ ਖੋੜੀ, ਨਾ ਇੱਥੋਂ ਕੋਈ ਵੱਟਾ ਲਾਇਆ, ਨਾ ਗੱਲਬਾਤ। ਲਾਗੇ ਦੇਖੋ ਗੰਦੀਆਂ ਢੇਰ ਨੇ, ਮੁਸ਼ਕ ਦਾ ਵੇਵਾ ਆਇਆ ਅਤੇ ਜੂਏ ਦਾ ਅੱਡਾ ਬਣਿਆ। ਇੱਥੇ ਜੁਆਰੀਏ ਬਹਿੰਦੇ ਸਾਮੀ, ਕੋਈ ਸਫਾਈ ਨਹੀਂ, ਗੱਲ ਨਹੀਂ ਬਾਤ ਜੀ। ਨਗਰ ਪੰਚਾਇਤ ਬਣੀ ਦੀ ਹੈਗੀ ਹੈ, ਅਸੀਂ ਕਹਿੰਦੇ ਨਹੀਂ ਬਣੀ ਜੀ, ਪਰ ਨਗਰ ਪੰਚਾਇਤ ਕੋਲ ਜਿੰਨੇ ਸਫਾਈ ਕਰਮਚਾਰੀ ਹੈ, ਕੋਈ ਇੱਕ ਕਰਮਚਾਰੀ ਰਿਪੋਰਟ ਕਰ ਦਿੰਦਾ, ਸਫਾਈ ਵੱਲ ਧਿਆਨ ਮਾਸਾ ਨਹੀਂ। ਸ਼ਾਮ ਨੂੰ ਲੋਕ ਇੱਧਰ ਥੁੱਕਦੇ ਫਿਰਦੇ ਨੇ, ਕੋਈ ਮਤਲਬ ਨਾ ਕੋਈ ਬੱਸ ਟਾਈਮ ਸਿਰ ਆਉਂਦੀ ਹੈ, ਨਾ ਬੱਸ ਜਾਂਦੀ ਹੈ। ਜੇ ਬੱਸ ਆ ਤਾਂ ਰਾਤ ਨੂੰ ਠਹਿਰਨ ਜਗ੍ਹਾ ਨਹੀਂ ਹੈਗੀ। ਅਤੇ ਜਿਹੜਾ ਕਿ ਇੱਕ ਬੱਸ ਅੱਡਾ ਨਹੀਂ, ਨਰਕ ਕਹਿ ਰਹੇ ਹੋ, ਇੱਕ ਨਰੋਟ ਜਾਮ ਸਿੰਘ ਨਰਕ ਮਿਲਿਆ ਹੈ, ਇਹਨੂੰ ਕੋਈ ਕਿਸੇ ਨੇ ਡਿਵੈਲਪਮੈਂਟ ਵੱਲ ਧਿਆਨ ਦਿੱਤਾ। ਠੇਕਾ ਹੁੰਦਾ ਇਹਦਾ, ਪੈਸੇ ਲਾ ਕੇ ਚਲੇ ਜਾਂਦੇ ਬਲਾਕ ਵਾਲੇ, ਲਾਉਂਦੇ ਕੋਈ ਪੈਸਾ ਨਹੀਂ। ਦੁਕਾਨਾਂ ਵੀ ਆ ਇਹਨਾਂ ਦੇ ਨਾਂ ਦੀਆਂ, ਦੁਕਾਨਾਂ ਉੱਥੇ ਬੋਲੀ ਹੁੰਦੀ ਹੈ, ਪਤਾ ਨਹੀਂ ਪੈਸਾ ਜਾਂਦਾ ਕਿੱਧਰ ਹੈ। ਮਤਲਬ ਹੈ ਨਰੋਟ ਜਾਮ ਸਿੰਘ ਇੱਥੇ ਬੜੀ ਬੜੀ ਸਮੱਸਿਆ ਬੱਸ ਸਟੈਂਡ ਦੀ ਹੈ। ਦੂਸਰਾ ਬੜਾ ਵੱਡਾ ਸੀਵਰੇਜ ਦਾ, ਨਰੋਟ ਜਾਮ ਸਿੰਘ ਬਾਰੇ ਵਾਰੀ ਮੰਤਰੀ ਵੀ ਕਿਹਾ ਗਿਆ ਹੋਣਾ ਕਿ ਵੀ ਮੈਂ 18 ਕਰੋੜ ਭੇਜਦਾ, ਪਰ ਲੱਗਾ ਨਵਾਂ ਪੈਸਾ ਨਹੀਂ, ਪੈਸਾ ਨਵਾਂ ਲਗਾਓ। ਇਹ ਜਿਹੜੇ ਗੱਲਾਂ ਕਰਦੇ ਫਿਰਦੇ ਨੇ ਮੰਤਰੀ ਜਾਂ ਐਮ ਐਲ ਏ, ਇਹ ਕਾਗਜ਼ੀ ਲਿਫਾਫੇ ਨੇ। ਮਤਲਬ ਗਰਾਊਂਡ ਲੈਵਲ ਦਾ ਕੋਈ ਕੰਮ ਨਹੀਂ ਨਰੋਟ 'ਚ ਹੋ ਰਿਹਾ, ਪੈਸਾ ਆ ਰਿਹਾ ਨਗਰ ਪੰਚਾਇਤ ਬਣਨ ਤੋਂ ਬਾਅਦ, ਸੋਏ ਨਾਲੀ ਗਲੀ ਉਹੀ ਪੈਸਾ ਪੰਚਾਇਤ ਦਾ ਕੰਮ, ਇਸ ਤੋਂ ਬਾਅਦ ਵੱਡਾ ਕੰਮ ਕੋਈ ਨਹੀਂ ਹੋਇਆ ਹੁਣ ਤੱਕ, ਤਾਂ ਨਾ ਲੱਭਾ ਹੀ ਕੋਈ। ਪਹਿਲੇ ਵਾਰੀ ਭੋਏ ਹਲਕੇ ਦਾ ਕੈਬਨਿਟ ਮਿਨਿਸਟਰ ਬਣਿਆ ਸ੍ਰੀ ਲਾਲ ਚੰਦ ਕਟਾਰੂ ਚੱਕ। ਇਲਾਕੇ ਵਿੱਚ ਕੈਬਨਿਟ ਮਿਨਿਸਟਰ ਬਣਨ ਦੇ ਨਾਲ ਬਹੁਤ ਹੀ ਜ਼ਿਆਦਾ ਖੁਸ਼ੀ ਦੀ ਲਹਿਰ ਪਾਈ ਗਈ ਹੈ ਕਿ ਲੋਕਾਂ ਵਿੱਚ ਇਹ ਉਤਸ਼ਾਹ ਸੀ ਕਿ ਸਾਡੇ ਇਲਾਕੇ ਦਾ ਕੈਬਨਿਟ ਮਿਨਿਸਟਰ ਬਣਨ ਦੇ ਨਾਲ ਸਾਡੇ ਇਲਾਕੇ ਦੀ ਡਿਵੈਲਪਮੈਂਟ ਪੱਖੋਂ ਬਹੁਤ ਹੀ ਵਧੀਆ ਲੈਵਲ ਚੁੱਕਿਆ ਜਾਏਗਾ। ਪਰੰਤੂ ਲਗਭਗ 2.25 ਸਾਲ ਦੇ ਕਰੀਬ ਸਮਾਂ ਹੋ ਚੁੱਕਿਆ ਸਰਕਾਰ ਬਣਨੋਂ, ਪਰ ਅਜੇ ਵੀ ਜੋ ਪਹਿਲੇ ਹੀ ਹਾਲਾਤ ਸਨ ਸਾਡੇ ਇਲਾਕੇ ਦੇ, ਉਹੋ ਹੀ ਹਾਲਾਤ ਨੇ। ਜੀਰੋ ਪੱਖੋਂ, ਬਿਲਕੁਲ ਹੀ ਜੀਰੋ ਡਿਵੈਲਪਮੈਂਟ ਪੱਖੋਂ ਅੱਜ ਵੀ ਪਛੜਿਆ ਇਲਾਕਾ ਹੈ। ਇਹ ਜੋ ਬੱਸ ਸਟੈਂਡ ਹੈ ਸਾਡਾ ਜਿੱਥੇ ਅਸੀਂ ਖੜ੍ਹੇ ਹਾਂ, ਇਹ ਅੱਜ ਤੋਂ ਲਗਭਗ 20-25 ਸਾਲ ਪਹਿਲੇ ਬਣਿਆ ਸੀ। ਇਹਨੂੰ ਉਸ ਵੇਲੇ ਦੇ ਐੱਮ ਐੱਲ ਏ ਵਿਧਾਇਕ ਭਾਜਪਾ ਦੇ ਸ੍ਰੀ ਵਿਸ਼ੰਬਰ ਦਾਸ ਜੀ ਸਨ, ਉਹਨਾਂ ਨੇ ਇਸ ਇਲਾਕੇ 'ਚ ਇੱਕ ਪਹਿਲੇ ਵਾਰੀ ਹੀ ਸਾਨੂੰ ਇੱਕ ਬੱਸ ਸਟੈਂਡ ਦਿੱਤਾ ਸੀ। ਇਸ ਬੱਸ ਸਟੈਂਡ ਤੋਂ ਚੰਡੀਗੜ੍ਹ ਨੂੰ ਬੱਸਾਂ ਜਾਂਦੀਆਂ ਨੇ, ਅੰਮ੍ਰਿਤਸਰ ਨੂੰ ਬੱਸਾਂ ਜਾਂਦੀਆਂ ਨੇ, ਪਠਾਨਕੋਟ ਨੂੰ ਜਾਂਦੀਆਂ, ਦੀਨਾਨਗਰ ਨੂੰ ਜਾਂਦੀਆਂ, ਇਸ ਤੋਂ ਤੱਕ ਕੇ ਜੰਮੂ ਕਸ਼ਮੀਰ ਨੂੰ ਵੀ ਬੱਸਾਂ ਜਾਂਦੀਆਂ ਹੈਗੀਆਂ ਨੇ। ਨਾ ਤਾਂ ਇੱਥੇ ਕੋਈ ਸਕਿਉਰਟੀ ਦਾ ਪ੍ਰਬੰਧ ਹੈਗਾ ਸਰਹੱਦੀ ਇਲਾਕਾ ਹੋਣ ਦੇ ਖਾਤਰ, ਕਿਉਂਕਿ ਇਹਦੇ ਕੋਲ ਪਹਿਲੇ ਵੀ ਕਾਫੀ ਵਾਰੀ ਇਲਾਕੇ ਦੇ ਵਿੱਚ ਸਰਹੱਦੀ ਹੋਣ ਦੇ ਖਾਤਰ, ਇੱਕ ਵਾਰੀ ਸਾਡੇ ਇੱਥੇ ਕੋਲੀਆਂ ਦੇ ਕੋਲ ਮੁੰਡੇ ਦੀ ਡੈਥ ਹੋ ਗਈ ਹੈ ਕਿਉਂਕਿ ਮਿਲੀਟੈਂਟਸ ਨੇ ਕੀਤੀ ਸੀ। ਇਹਦੇ ਤੋਂ ਇੱਥੋਂ ਹੀ ਬੱਸਾਂ 'ਚ ਜਾਣ ਦੇ ਨਾਲ ਸਾਡੇ ਦੀਨਾਨਗਰ ਦੇ ਵਿੱਚ ਵੀ ਇੱਕ ਹਮਲਾ ਹੋਇਆ ਸੀ, ਮਿਲੀਟੈਂਟਸ ਨੇ ਕੀਤਾ ਸੀ। ਪਰੰਤੂ ਫਿਰ ਵੀ ਪ੍ਰਸ਼ਾਸਨ ਅੱਜ ਤੱਕ ਨਹੀਂ ਜਾਗਿਆ ਕਿ ਨਾ ਇੱਥੇ ਕੋਈ ਸਕਿਉਰਟੀ ਦਾ ਪ੍ਰਬੰਧ ਹੈਗਾ, ਨਾ ਇੱਥੇ ਕੋਈ ਡਿਵੈਲਪਮੈਂਟ ਹੈਗੀ। ਇਹ ਜੋ ਇਲਾਕਾ, ਜੋ ਬੱਸ ਸਟੈਂਡ ਹੈਗਾ, ਜਦੋਂ ਬਰਸਾਤ ਦਾ ਮੌਸਮ ਆਉਂਦਾ ਹੈ ਇੱਥੇ
ਛੱਪੜ ਦਾ ਰੂਪ ਧਾਰਨ ਕਰ ਲੈਂਦਾ ਹੈ ਕਿ ਜਿਵੇਂ ਕਿ ਅਸੀਂ ਕੋਈ ਮੱਛੀਆਂ ਦਾ ਤਲਾਬ ਬਣਾਇਆ ਹੋਏ। ਇਸ ਕਰਕੇ ਇਹ ਇਲਾਕਾ ਅੱਜ ਵੀ ਜ਼ੀਰੋ ਦੇ ਪੱਖੋਂ ਡਿਵੈਲਪਮੈਂਟ ਪੱਖੋਂ ਪਛੜਿਆ ਹੈ ਅਤੇ ਕੱਲ੍ਹ ਵੀ ਇੱਦਾਂ ਹੀ ਹੈ।